मैं ना ਹੁਸ਼ਿਆਰਪੁਰ ਤੋਂ ਚੋਹਾਲ ਜਾ ਰਿਹਾ ਸੀ ਤੇ ਰਸਤੇ ਵਿੱਚ ਨਾ ਮੈਨੂੰ ਭਗਵਾਨ ਵਾਲਮੀਕਿ ਜੀ ਦੀ ਬਹੁਤ ਵੱਡੀ ਜਿਹੜੀ ਉਹ ਨਾ ਮੂਰਤੀ ਦੇਖਣ ਨੂੰ ਮਿਲੀ ਤਾਂ ਮੇਰਾ ਮਨ ਬਹੁਤ ਪ੍ਰਸੰਨ ਹੋਇਆ। ਤੇ ਕਿਉਂਕਿ ਮੇਰੇ ਬਹੁਤ ਸਾਰੇ ਵਾਲਮੀਕਿ ਸਮਾਜ ਦੇ ਵਿੱਚ ਜਿਹੜੇ ਮੇਰੇ ਸੱਜਣ ਮਿੱਤਰ ਮੇਰੇ ਪਿਆਰੇ ਆ ਤੇ ਮੈਂ ਉਹਨਾਂ ਤੋਂ ਸੁਣਦਾ ਰਹਿੰਦਾ ਆ ਤੇ ਜਦੋਂ ਮੈਨੂੰ ਮੌਕਾ ਮਿਲੇ ਤਾਂ ਮੈਂ ਉਹਨਾਂ ਦੇ ਫੰਕਸ਼ਨਾਂ ਦੇ ਵਿੱਚ ਵੀ ਜਾਂਦਾ ਆ ਤੇ ਮੇਰਾ ਨਾ ਮਨ ਬਹੁਤ ਖੁਸ਼ ਹੋਇਆ। ਮੈਨੂੰ ਇਹ ਵੀ ਪਤਾ ਲੱਗਾ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਤੀਰਥ ਸਥਾਨ ਆ ਤੇ ਮੈਂ ਉੱਥੇ ਵੀ ਜ਼ਰੂਰ ਜਾਣਾ ਆ ਹੁਣ। ਤੇ ਮੇਰਾ ਮਨ ਇੰਨਾ ਖੁਸ਼ ਹੋਇਆ ਕਿਉਂਕਿ ਭਗਵਾਨ ਵਾਲਮੀਕਿ ਜੀ ਜਿਹੜੇ ਸੀਗੇ ਇਹਨਾਂ ਨੇ ਰਮਾਇਣ ਜਿਹੜੀ ਆ ਤੁਹਾਨੂੰ ਪਤਾ ਉਹ ਜਿਹੜੀ ਲਿਖੀ ਹੋਈ ਆ, ਔਰ ਬਹੁਤ ਉੱਚੀ ਸ਼ਖਸੀਅਤ ਸੀਗੇ ਇਹ, ਰੱਬ ਤੁਸੀਂ ਕਹਿ ਸਕਦੇ ਆ। ਤੇ ਇੰਨਾ ਮਨ ਮੇਰਾ ਖੁਸ਼ ਹੋਇਆ, ਇੰਨਾ ਮੈਂ ਮਤਲਬ ਕਿ ਰੁਕ ਕੇ ਮੈਂ ਇੱਥੇ ਅੱਧਾ ਪੌਣਾ ਘੰਟਾ ਬੈਠਾ ਵੀ, ਔਰ ਦੇਖੋ ਕਿੰਨੀ ਮਤਲਬ ਕਿ ਸੋਹਣੀ ਜਿਹੜੀ ਇਹ ਇਹਨਾਂ ਨੇ ਦੇਖੋ ਕਿੰਨਾ ਸੋਹਣਾ, ਮਤਲਬ ਕਿ ਬਹੁਤ ਹੀ ਮੇਰਾ ਮਨ ਖੁਸ਼ ਹੋਇਆ। ਔਰ ਨਾਲ ਇੱਕ ਪਾਰਕ ਬਣਿਆ ਹੋਇਆ ਪੂਰਾ, ਤੁਸੀਂ ਦੇਖੋ ਤੇ ਬਿਲਕੁਲ ਸਾਫ਼ ਸੁਥਰਾ ਪਾਰਕ ਆ। ਤੇ ਮੈਂ ਭਰਾਵਾਂ ਨਾਲ ਆਪਣਿਆਂ ਨਾਲ ਗੱਲ ਵੀ ਕੀਤੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਨੀ ਆ ਆਪਾਂ ਜਾਣ ਦੀ। ਤੇ ਆ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ, ਬਹੁਤ ਹੀ ਵਧੀਆ। ਸੋ ਦੋਸਤੋ, ਸਾਰੇ ਧਰਮਾਂ ਦੀ ਅਸੀਂ ਜਿਹੜੀ ਆ ਨਾ ਉਹ ਇੱਜ਼ਤ ਕਰਨੀ ਆ, ਮਾਣ ਕਰਨਾ ਆ, ਸਾਰੇ ਸਾਡੇ ਭਰਾ ਆ। ਤੇ ਬਹੁਤ ਮੈਨੂੰ ਖੁਸ਼ੀ ਹੋਈ, ਤੇ ਮੇਰਾ ਇੱਕ ਵੀਰ ਵੀ ਆ ਟਾਂਡੇ ਤੋਂ, ਉਹ ਵੀ ਦੇਖਦਾ ਹੋਣਾ ਵੀਡੀਓ, ਤੇ ਮੈਂ ਉਹਨੂੰ ਵੀ ਮਤਲਬ ਕਿ ਦੇਖਦੇ ਦੇਖ ਕੇ ਉਹਨੇ ਬੜਾ ਖੁਸ਼ ਹੋਣਾ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਹੁਸ਼ਿਆਰਪੁਰ ਦੇ ਵਿੱਚ ਨਾ ਇੱਡੀ ਵੱਡੀ ਮੂਰਤੀ ਦੀ ਜਿਹੜੀ ਸਥਾਪਨਾ ਕੀਤੀ ਗਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿੰਦੇ ਹੋਰ ਵੀ ਡਿਵੈਲਪਮੈਂਟ ਹੋਣੀ ਆ ਇੱਥੇ। ਸੋ ਦੋਸਤੋ, ਇੱਦਾਂ ਹੀ ਜਿਹੜਾ ਸਾਡਾ ਭਾਰਤ ਆ ਨਾ, ਸਾਰੇ ਧਰਮਾਂ ਦੀ ਜਿਹੜੀ ਉਹ ਇੱਜ਼ਤ ਕਰਦਾ ਰਹੇ, ਮੇਰੀ ਤਾਂ ਇਹੀ ਜਿਹੜੀ ਦਿਲੀ ਤਮੰਨਾ ਹੈ। ਬਾਕੀ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ, ਤੇ ਜੇਕਰ ਤੁਸੀਂ ਆਉਣਾ ਆ ਤਾਂ ਜ਼ਰੂਰ ਆਓ ਜਦੋਂ ਤੁਸੀਂ ਹੁਸ਼ਿਆਰਪੁਰ ਤੋਂ ਸਬਜ਼ੀ ਮੰਡੀ ਜਿਹੜੀ ਆ ਭੰਗੀ ਚੋ ਦੇ ਕੋਲ, ਉਧਰੋਂ ਦੀ ਅਗਰ ਤੁਸੀਂ ਦਸੂਹਾ ਮਕੇਰੀਆਂ ਜਾਂਦੇ ਆ ਤੇ ਰਸਤੇ ਦੇ ਵਿੱਚ ਜਿਹੜੀ ਇਹ ਮੂਰਤੀ ਸਥਾਪਿਤ ਕੀਤੀ ਗਈ ਹੈ। ਬਾਕੀ ਦੋਸਤੋ, ਖੁਸ਼ ਰਹੋ ਤੇ ਜ਼ਿੰਦਾਬਾਦ।